ਲਾਈਟ ਆਫ ਨੇਸ਼ਨ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ ਨਰਿੰਦਰ ਕੌਰ ਪੁਰੇਵਾਲ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪੁੱਤ ਵੰਡਾਉਣ ਜ਼ਮੀਨਾਂ ਧੀਆਂ ਦੁੱਖ ਵੰਡਾਉਂਦੀਆਂ ਨੇ, ਪਰ ਧੀਆਂ ਦਾ ਦੁੱਖ ਕੌਣ ਵੰਡਾਏ? ਇਸੇ ਗੱਲ ਨੂੰ ਕਰਦੇ ਹੋਏ ਅੱਜ ਅਸੀਂ ਸਿਵਲ ਹੌਸਪੀਟਲ ਬਟਾਲਾ ਵਿਖੇ ਪਹੁੰਚੇ ਹਾਂ, ਜਿੱਥੇ ਕੁਛ ਨੌਜਵਾਨ ਇੱਕ ਬਟਾਲਾ ਦੀ ਬੀਕੋ ਦੇ ਲਾਗੇ ਪਲਾਟ ਆ ਖਾਲੀ, ਉੱਥੋਂ ਉਹਨਾਂ ਨੂੰ ਲਵਾਰਸ ਬੱਚੀ ਮਿਲੀ ਆ। ਉਹਨੂੰ ਉਹਨਾਂ ਨੇ ਪਹਿਲਾਂ ਮੁੱਢਲੀ ਸਹਾਇਤਾ ਦਿੱਤੀ ਆ ਖੁਦ, ਬਾਅਦ ਵਿੱਚ ਉਹਨਾਂ ਨੇ ਬਟਾਲਾ ਦੇ ਬੱਸ ਸਟੈਂਡ ਚੌਂਕੀ ਵਿੱਚ ਬਲਦੇਵ ਸਿੰਘ ਜੀ ਨੂੰ ASI ਨੂੰ ਇਨਫੋਰਮ ਕੀਤਾ ਆ। ਉਹਨਾਂ ਨੇ ਨਾਲ ਲੈ ਕੇ ਪੁਲਿਸ ਨੂੰ ਇੱਥੇ ਸਿਵਲ ਹੌਸਪੀਟਲ ਵਿੱਚ ਆਏ ਨੇ, ਇੱਥੇ ਉਹਨਾਂ ਬੱਚੀ ਨੂੰ ਦਾਖਲ ਕਰਾਇਆ ਆ, ਔਰ ਅਜੇ ਤੱਕ ਉਹਦਾ ਕੋਈ ਵਾਰਸ ਸਾਹਮਣੇ ਨਹੀਂ ਆਇਆ ਜਿਸਨੇ ਆ ਕੇ ਕਿਹਾ ਹੋਇਆ ਕਿ ਬੱਚੀ ਸਾਡੀ ਆ। ਪਰ ਜੋ ਨੌਜਵਾਨ ਰਿੰਕੂ ਨਾਂ ਦਾ ਨੌਜਵਾਨ ਆ ਪਿੰਡ ਕਾਦਰਾਬਾਦ ਦਾ, ਉਹਨੇ ਇੱਛਾ ਜ਼ਾਹਰ ਕੀਤੀ ਹੈ ਕਿ ਅਗਰ ਇਸ ਬੱਚੀ ਦਾ ਕੋਈ ਵਾਰਸ ਨਹੀਂ ਆਉਂਦਾ ਤਾਂ ਮੈਂ ਇਸ ਨੂੰ ਗੋਦ ਲੈਣ ਲਈ ਤਿਆਰ ਹਾਂ। ਆਓ ਉਹਦੇ ਨਾਲ ਗੱਲ ਕਰਦੇ ਹਾਂ, ਅੱਗੇ ਕੀ ਕਹਿਣਾ ਉਹਨਾਂ ਦਾ। ਹਾਂਜੀ ਸਰ, ਇਹ ਬੱਚੀ ਬਾਰੇ ਇੱਕ ਬੱਚੀ ਅੱਜ ਆਪਾਂ ਨੂੰ ਸਾਹਮਣੇ ਇਨਫੋਰਮੇਸ਼ਨ ਮਿਲੀ ਸੀ ਵੀ ਕੋਈ ਨਾਮਜ਼ਦਗੀ ਬੱਚੀ ਆ, ਉਹ ਜਿਹੜੀ ਬੀਕੋ ਦੀ ਵੈਬਸਾਈਟ 'ਤੇ ਮਰਵਾ ਗੈਸ ਏਜੰਸੀ ਉਹਦੇ ਲਾਗੂ ਕੋਈ ਇੱਕ ਮੋਮੀ ਫਾਹੇ ਦੇ 'ਚ ਪਾ ਕੇ ਅਤੇ ਉੱਥੇ ਕਿਤੇ ਰੱਖਿਆ ਮਰਵਾ ਸਿੰਘ ਜਗ੍ਹਾ ਦੇ ਉੱਤੇ। ਉਹਦੇ ਬਾਰੇ ਪਤਾ ਲੱਗਣ ਅਤੇ ਉੱਥੋਂ ਜਿਹੜੇ ਮਰਵਾ ਗੈਸ ਏਜੰਸੀ ਦਾ ਕੰਮ ਕਰਦਾ ਸੀ ਉਹਨਾਂ ਨੇ ਉਹ ਬੱਚੇ ਨੂੰ ਉੱਥੋਂ ਚੱਕ ਕੇ ਅਤੇ ਉਹਦੀ ਫਿਰ ਜਿਹੜੀ ਵੀ ਜੋ ਵੀ ਮੁੱਢਲੀ ਹੈਗੀ ਕੇਅਰ ਕਰਕੇ ਧਿਆਨ ਦੱਸਿਆ। ਉਹਦੇ ਬਾਰੇ ਆਪਾਂ ਬੱਚੀ ਜਾ ਕੇ ਮੌਕਾ ਵੇਖ ਕੇ ਅਤੇ ਬੱਚੀ ਨੂੰ ਆਪਣੇ ਕਬਜ਼ੇ 'ਚ ਲੈ ਕੇ ਅਤੇ ਜਿਹੜੇ ਇੱਕ ਇਹਨਾਂ ਦਾ ਗੁਰਦਾਸਪੁਰ ਹੈਗਾ ਵਾ ਚਿਲਡਰਨ ਨੂੰ ਮਤਲਬ ਕੇਅਰ ਸੈਂਟਰ ਹੁੰਦੇ ਨੇ ਉਹਨਾਂ ਦਾ ਆਪਾਂ ਤਾਲਮੇਲ ਕੀਤਾ ਨੇ ਹਰਦੀਪ ਕੌਰ ਜੀ ਨੇ ਉਹਨਾਂ ਨਾਲ, ਹਰਦੀਪ ਕੌਰ ਜੀ ਉਹਨਾਂ ਨੇ ਸਾਨੂੰ ਦੱਸਿਆ ਕਿ ਇਸ ਬੱਚੀ ਨੂੰ ਜਿਹੜਾ ਵਾ ਆਪਣੇ ਸਿਵਲ ਬਟਾਲਾ ਦੇ ਵਿੱਚ ਜਿਹੜਾ ਇਹਨੂੰ ਜਿਹੜਾ ਚਿਲਡਰਨ ਵਾਰਡ ਆ ਉਹਦੇ ਵਿੱਚ ਸਾਫ਼ ਕਰਾਓ ਅਤੇ ਇਹਨਾਂ ਨੂੰ ਆਪਾਂ ਇਹਦੇ ਸੰਬੰਧੀ ਆਪਾਂ ਜਿਹੜਾ ਵਾ DDR ਆਪਾਂ ਪਤਾ ਕੀਤੀ ਆ ਵਾਰਸ ਬੱਚੀ ਨੂੰ ਸੰਬੰਧੀ ਅਤੇ ਉਹ ਜਿਹੜੇ ਆ ਸੁਭਾਅ ਆ ਰਹੇ ਨੇ ਲੇਟ ਹੋਮੈਂਟ ਸੀ ਅਤੇ ਸੁਭਾਅ ਆ ਰਹੇ ਨੇ ਅਤੇ ਉਹ ਇਹਨਾਂ ਨੂੰ ਆਣ ਕੇ ਜਿਹੜੀ ਜੋ ਵੀ ਕਾਰਵਾਈ ਅਗਲੀ ਹੋਏਗੀ ਉਹਨਾਂ ਦੀ ਉਹ ਆਪਣੇ ਕਾਇਦੇ ਅਨੁਸਾਰ ਜਿਹੜੀ ਉਹ ਲਿਆਉਣਗੇ ਅਮਲ 'ਚ ਉਹਦੇ ਮੁਤਾਬਕ ਅਗਲੀ ਕਾਰਵਾਈ ਹੋਣਗੀ। ਹਾਂਜੀ ਰਿੰਕੂ ਭਾਅ ਜੀ, ਇਹ ਬੱਚੇ ਕਿੱਥੋਂ ਮਿਲੀ ਤੁਹਾਨੂੰ? ਇਹ ਸਾਨੂੰ ਬੀਕੋ 'ਚੋਂ ਮਿਲੀ ਭਾਅ ਜੀ, ਗੈਸ ਏਜੰਸੀ 'ਚ ਕੰਮ ਕਰਦੇ ਸੀ ਉੱਥੇ ਅਤੇ ਉੱਥੇ ਪਈ ਸੀ ਲਿਫਾਫੇ ਦੇ ਵਿੱਚ ਸੁੱਟੀ ਕਿਸੇ ਨੇ ਪਾ ਕੇ ਨਹੀਂ ਸੜਕ 'ਤੇ ਪਈ ਸੀ ਦੇ ਵਿੱਚ ਪਈ ਸੀ ਚਾਹ ਲੈ ਕੇ ਜਾਣ ਡਿਆ ਮੈਂ ਅਤੇ ਤੂੰ ਥੋੜ੍ਹਾ ਚੁੱਕੀ ਵਿਚਾਰੀ ਅਸੀਂ ਚੁੱਕ ਲਿਆ ਵਿਚਾਰੀ ਨੂੰ ਚੁੱਕ ਕੇ ਅਤੇ ਬਹੁਤ ਬੰਦੇ ਇਕੱਠੇ ਹੋਏ ਉੱਥੇ ਏਜੰਸੀ 'ਚ ਲੱਗੇ ਹਾਂ ਅਤੇ ਉੱਥੇ ਰੱਖਿਆ ਰੁਕਿਆ ਵਾ ਅਤੇ ਹੁਣ ਆਪਾਂ ਇੱਥੇ ਸਿਵਲ ਹੋਸਪਿਟਲ ਲੈ ਕੇ ਆਏ ਹਾਂ ਜੀ। This is a 7 Lions Crew and you watching Light of Nation. Aap dekh rahe hain Lawn News.